ਜੀ ਗੱਡੀ ਕੀਤੀ ਹੈ ਜੀ 17 ਮਾਡਲ ਦੀ ਵੈਗਨ ਆਰ, 18 ਲੱਖ ਰੁਪਿਆ 17 ਮਾਡਲ ਦੀ ਵੈਗਨ ਆਰ। ਪੈਸੇ ਲਾਓ ਗੱਡੀ ਨੂੰ, ਰੀਐਕਸਐਲ ਹੈ, ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ। 14 ਲੱਖ ਰੁਪਿਆ, 14 ਲੱਖ ਰੁਪਿਆ ਮੈਨੂੰ ਲੈ ਬਾਜੀ, 17 ਮਾਡਲ ਹੈ, ਕਿੱਥੇ ਲੱਭਦੀ ਹੈ? ਹਾਂਜੀ 14.5 ਲੱਖ ਰੁਪਿਆ। ਦੱਸੋ ਜੀ ਕਿੰਨੇ ਦੀ ਦੇਣੀ ਹੈ? ਯੈਸ ਨੋ, 17 ਮਾਡਲ ਦੀ VXL ਕਿੰਨੇ ਦੀ? ਯੈਸ ਨੋ ਦੇਣੀ ਹੈ ਦੱਸੋ, ਜਿਹੜੀ ਫਾਈਨਲ ਜੀ ਗੱਲ ਦੱਸੋ ਕੀ? 17 ਦੀ, 17-70 ਦੀ VXL ਨੇ ਸੋਲਾਂ ਲੱਖ ਰੁਪਿਆ ਦੋ ਜੀ ਸੋਲਾਂ ਲੱਖ ਰੁਪਿਆ ਤਿੰਨ ਜੀ ਯਾਰ ਤੂੰ ਬੋਲ ਵੀ ਦੇਤਾ ਤੇ ਹੈ ਨੀ ਗੱਡੀ ਯਾਰ, ਦੋਰ ਹੀ ਮੇਰਾ ਲਵਾਈ ਜਾਂਦਾ ਹੈ। ਹਾਂਜੀ ਮੈਰਾਜ ਦੱਸੋ ਜੀ, 13 ਮਾਡਲ ਦੀ ਮਿਰਾਨ, ਲਾਹੌਰ ਦਾ ਨੰਬਰ, ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ, 9.5 ਲੱਖ ਰੁਪਿਆ 13 ਮਾਡਲ ਦੀ ਗੱਡੀ ਜੀ। ਏਸੀ ਚਾਲੂ? ਏਸੀ ਚਾਲੂ ਨਹੀਂ, ਏਸੀ ਲੱਗਾ ਹੋਇਆ। ਠੀਕ ਹੈ, 9.5 ਲੱਖ ਰੁਪਿਆ 13 ਮਾਡਲ ਦੀ ਯੂਰੋ ਮਿਰਾਨ, ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ, 6 ਲੱਖ ਰੁਪਿਆ ਜੀ 6 ਲੱਖ 10 ਹਜ਼ਾਰ ਰੁਪਿਆ 6 ਲੱਖ 20 ਹਜ਼ਾਰ ਰੁਪਿਆ 6 ਲੱਖ 20 ਹਜ਼ਾਰ ਰੁਪਿਆ 30 ਹਜ਼ਾਰ ਰੁਪਿਆ ਜੀ ਗੋਦਰ ਸਾਹਿਬ ਦਾ, 6 ਲੱਖ 30 ਹਜ਼ਾਰ ਰੁਪਿਆ 13 ਮਾਡਲ ਦੀ ਯੂਰੋ ਮਿਰਾਨ, 6 ਲੱਖ 30 ਹਜ਼ਾਰ ਰੁਪਿਆ ਹਾਂਜੀ 40 ਹਜ਼ਾਰ6 ਲੱਖ 60 ਹਜ਼ਾਰ ਰੁਪਏ 6 ਲੱਖ 60 ਹਜ਼ਾਰ ਰੁਪਏ
13 ਮਾਡਲ ਦੀ ਗੱਡੀ 6,60,000 ਰੁਪਇਆ। ਨਹੀਂ ਜੀ ਨਹੀਂ ਜੀ ਹੈ ਕੁਛ 6-7 ਸੌ ਉੱਪਰ ਦਾ ਜੀ 70,000 ਰੁਪਇਆ ਜੀ 80,000 ਰੁਪਇਆ ਜੀ 90,000 ਪੂਰਾ 7,00,000 ਰੁਪਇਆ ਬੋਰਨ ਬੰਦ ਕਰ ਦੇ ਗੱਡੀ ਦੇਣੀ ਆ ਬੋਨਟ 7,50,000 ਦੀ ਗੱਡੀ ਦੇਣੀ ਆ ਸੋਚ ਲੈ 7,50,000 ਰੁਪਇਆ ਬੋਲੋ ਵਾਰੀਆਂ ਲੰਘਾ ਮੈਂ ਕਰ ₹7,50,000 ਖਤਮ ਭਾਈ ਕੋਈ ਨੀ ਸਮਝ ਗੱਲ ਕਰੋ ਪੈਸੇ 13 ਮਾਡਲ ਦੇ ਮੰਗੋ 13 ਮਾਡਲ ਵੀ ਐਕਸ ਆਰ ਲੱਭ ਜਾਂਦੀ 8.5 ਲੱਖ ਰੁਪਏ ਇਹ ਤੁਸੀਂ 20 ਐਕਸ ਗੱਡੀ ਦੇ ਪੈਸੇ ਮੰਗੇ ਮੇਰੇ ਕੋਲ ਟਾਈਮ ਨਹੀਂ ਮੈਂ ਤੈਨੂੰ 10 ਮਿੰਟ ਹੋਰ ਖੱਪਾ ਰੇਟ ਆਪੇ ਗੱਲ ਕਰ ਇੱਕ ਵਾਰੀ ਜਿਹੜੀ ਹੋ ਜਾਣੀ ਹੈ 55 ਦੀ ਪੀ 5-5 ਦੀ ਵੇਲਾ ਖਰਾਣੀਆਂ ਰਹਿ ਹੋਰ ਵਾ ਤੂੰ ਕੇ ਕਰਾਈਓ ਆ ਬੱਗੀ ਉਦੋਂ ਬਾਅਦ ਦੇ ਪਿਓ ਤੁਸੀਂ ਹੋਰ ਕਿੰਨੇ 20 ਐਕਸ ਕਿੰਨੇ ਦੀ ਲੈਣੀ ਚਾਹੀਦੀ ਬੰਦਾ ਸੋਚ ਹੀ ਪੈ ਲੱਗਿਆ ਇੱਕ ਹੀ ਛਲਾਂਗ ਬਾਹਰ ਜਿਹੜੀ ਮਾਰਨੀ ਆ ਮੈਂ ਦੱਸਾਂ ਤੇਰਾ ਕੀ ਜ਼ੇਨ ਹੈ ਸਾਰਿਆਂ ਸਾਹਮਣੇ ਕਹਿ ਰਿਹਾ ਤੇਰਾ 8,00,000 ਰੁਪਏ ਦੋ ਦੇ ਗੱਡੀ ਦੇਣ ਨਹੀਂ ਵੀਰਾ 8 ਦੀ ਕਿੰਨੇ ਆਖੇ ਨੇ ਗੋਦਲਾ 60 ਨਹੀਂ 70 ਆਖੇ ਚਲੋ 70 ਹੀ ਯਾਰ ਤੂੰ ਵੀਰਾ ਆਪ ਛੋੜਾ ਦੇ 70 ਹੀ ਰਾਮ ਨੂੰ ਪੈਸੇ ਮਾਰਕੀਟ ਦੇ ਮੁਤਾਬਕ ਮੰਗ ਜੀ 20,000 ਦੇ ਪੈਸੇ ਲੱਭ ਜਾਂਦੀ ਮੈਂ ਲੈ ਕੇ ਇਹ 20 ਐਕਸ ਗੱਡੀ ਹੈ ਬਾਜੀ ਤੇ ਪੈਸੇ ਦੇ ਮੁਤਾਬਕ ਮੰਗੋ ਗੱਲ ਵੇਲੇ ਜੀ ਤਾਂ ਫਲ ਬਹੁਤ ਸਭ ਦਾ ਲੱਭਦੇ ਰਹਿੰਦੇ ਹੁਣ ਲੋਕਾਂ ਦੇ ਦਿਨ 'ਚ ਗੱਲ ਬੜੀ ਹੈ ਤੁਹਾਨੂੰ ਨਹੀਂ ਸਮਝ ਆ ਰਹੀ ਮੈਨੂੰ ਪਤਾ ਅਤੇ ਲੋਕਾਂ ਦੇ ਦਿਨ 'ਚ ਗੱਡੀਆਂ ਸਸਤੀਆਂ ਹੋ ਰਹੀਆਂ ਇਸ ਵਾਸਤੇ ਇਸ ਟਾਈਮ ਮਾਰਕੀਟ ਬਿਲਕੁਲ ਸੁੰਨ ਹੋਈ ਪਈ ਗਰਮੀ ਵੀ ਬੜੀ ਹੋਈ ਪਈ ਹੈ ਬੰਦ ਕਰੇ ਯਾਰ ਸਾਊਂਡ ਤੁਸੀਂ ਚਲਾਇਆ 7,70,000 80,000 ਰੁਪਇਆ ਕੋਈ 7,80,000 ਤੋਂ ਉੱਤੇ ਦਾ ਜੀ 7,90,000 ਰੁਪਇਆ ਜੀ ਦਿਓ ਲਿਆਓ ਪਿਆ ਨਾ ਭਾਜੀ 7,90,000 ਰੁਪਇਆ
ਮੈਂ 8 ਲਾਇਆ ਮੈਂ ਝੂਠ ਨਹੀਂ ਬੋਲਦਾ ਮੇਰੇ ਕੋਲ ਵੀਡੀਓ ਮੌਜੂਦ ਹੈ ਬੇਟਾ ਮੈਂ 8 ਲੱਖ ਰੁਪਏ ਲਾਇਆ ਮੈਂ ਝੂਠ ਨਹੀਂ ਬੋਲਣਾ ਵੀਡੀਓ ਵੇਖ ਲਓ ਚਲੋ ਅਗਲੀ ਲਾਲ ਗਲਤ ਗੱਲ ਨਹੀਂ ਕਰਨੀ ਮੈਂ ਤੁਹਾਨੂੰ ਨਹੀਂ ਦੇ ਦਿੰਦਾ ਗਲਤ ਗੱਲ ਨਹੀਂ ਕਰਨੀ 8000 ਰੁਪਏ ਦਾ 8 ਲੱਖ ਦੀ ਕਾਰ ਦੇ 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 ਬਾਇਓਮੈਟ੍ਰਿਕ ਵੀ ਬੋਲੀ ਉਹ ਬੇਟਾ ਬਾਇਓਮੈਟ੍ਰਿਕ ਮੈਂ ਤੁਹਾਨੂੰ ਆਫਿਸ ਵਿੱਚ ਕਲੀਅਰ ਲੈਣੀ ਹੈ ਮੈਂ ਉਹੀ ਦਿੰਦਾ ਮੈਂ ਪੈਸੇ ਰੱਖਣੇ ਬਾਇਓਮੈਟ੍ਰਿਕ ਦੇ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਤੁਸੀਂ ਪੁੱਛਿਆ ਵੀ ਸੀ ਕਿ ਬਾਇਓਮੈਟ੍ਰਿਕ ਦੇ ਕਿੰਨੇ ਪੈਸੇ ਰੱਖੋਗੇ ਇੰਜੀ ਗੱਲ ਮੈਂ ਗੱਲ ਇਹ ਨਹੀਂ ਕੀਤੀ ਸੀ ਕਿ ਬਾਇਓਮੈਟ੍ਰਿਕ ਤੋਂ ਬਗੈਰ ਗੱਡੀ ਦੇ ਦਿਓ ਮੈਨੂੰ ਬਾਇਓਮੈਟ੍ਰਿਕ ਤੋਂ ਬਗੈਰ ਮੈਂ ਗੱਡੀ ਲੈਣੀ ਹੀ ਨਹੀਂ ਮੈਨੂੰ 8.5 ਲੱਗਾ ਸੀ ਤੁਸੀਂ 8.20 ਲਵਾਇਆ ਤੇ ਬਾਇਓਮੈਟ੍ਰਿਕ ਦਾ ਵਿੱਚ ਰੋਲਾ 8 ਲੱਖ ਦੀ ਕਾਰ ਮੇਰਾ ਭਰਾ ਦੇ ਦੇ ਬਾਇਓਮੈਟ੍ਰਿਕ ਤੋਂ 2 ਦਿਨ ਠਹਿਰ ਕੇ ਦੇ ਤੇਰੇ ਤੇ ਯਕੀਨ ਹੈ ਫੁੱਲ ਮਿਲ ਜਾਈ ਹਾਂ ਠੀਕ ਹੈ ਨਹੀਂ 8.20 ਤਾਂ ਤੁਸੀਂ ਲਾਇਆ ਹੁਣ ਆਪਣੇ ਆ ਵੇਖੋ ਨਾ ਕੋ ਥੋੜੇ ਜਿਹਾ ਮناسب ਤੇ ਕਰੋ ਅਸੀਂ ਦੇਣ ਆਏ ਆ ਐਵੇਂ ਬਹਿਸ ਨਹੀਂ ਕਰਨੀ 8.20 ਤੋਂ ਵਧਾਓ ਤੁਹਾਨੂੰ ਗੱਡੀ ਦਿੰਦੇ ਅੱਛਾ ਲੋਕੀ ਪਤਾ ਕੀ ਕਰਦੇ ਨਾਰਾਜ਼ ਨਾ ਹੋਣਾ ਮੈਂ ਇੱਕ ਵਾਰੀ ਆਫਰ ਲਵਾ ਛੱਡਦਾ ਨਾ ਦੂਜੀ ਵਾਰੀ ਫਿਰ ਆਂਦੇ ਨੇ ਕਹਿੰਦੇ ਜੀ ਆ ਕੇ ਸਾਨੂੰ ਉਹੀ ਆਫਰ ਲੈ ਦੇ ਯਾਰ ਜੀ ਅਸੀਂ ਵੀ ਮਿਹਨਤ ਕਰਕੇ ਆਏ ਨਾ ਅਸੀਂ ਹੁਣ ਕਲੀਅਰ ਕਰਕੇ ਲਿਆਏ ਅਸੀਂ ਕਿਹਾ ਕਿਉਂ ਪੈਸੇ ਤੁਹਾਡੇ ਕੋਲ ਰਖਵਾਈਏ ਥੱਲੇ ਵੇ ਮਸਲਾ ਬਣਿਆ ਅਗਲੀ ਪਾਰਟੀ ਦਾ ਬਾਜੀ ਤੁਸੀਂ ਦੇਣਾ ਹੀ ਨਹੀਂ ਸੀ ਇਹ ਗੱਡੀ ਤੁਹਾਡੀ ਹੈ ਹਾਂਜੀ ਤੁਸੀਂ ਇਹਦੇ ਮਾਮਲਾ ਤੁਸੀਂ ਕਲੀਅਰ ਕਰਕੇ ਦੇਣੇ ਮੈਂ ਤਾਂ ਨਹੀਂ ਕਰਨੇ ਅਸੀਂ ਹੁਣ ਦੇਣ ਆਏ ਨਾ ਵੇਖੋ ਅਸੀਂ ਕਿਹਾ ਵੀ 8.20 ਤੋਂ ਦੇਣ ਤੇ ਆਏ ਹੋ ਤੁਸੀਂ ਠੀਕ ਹੈ 8.20 ਤੋਂ ਵਧਾਓ ਥੋੜੇ ਜੇ ਦਿਓ ਬਾਜੀ ਪੈਸੇ 8 ਲੱਖ ਰੁਪਏ ਦੀ ਗੱਡੀ ਨਹੀਂ 8 ਲੱਖ ਉਹ ਬਾਬਾ ਰਿਵੇ ਦੇ ਪਰ 3 ਵਾਰ ਚਲੇ ਗਏ ਨੇ ਵਾਪਸ ਲੈ ਆਣੇ ਇਹ ਉਹ ਬਜਟ ਸਭ ਤੱਕ ਜਿਸ ਬਾਨ ਨੂੰ ਜਾਂਦਾ ਸੀ ਉਸ ਬੰਦਾ ਦਿੰਦੇ ਨਹੀਂ ਸੀ ਬਾਬਾ ਅਸੀਂ ਲੈ ਕੇ ਆਏ ਹਾਂ ਦੇ ਦਿਓ ਬਾਜੀ ਦੇ ਦੇ ਯਾਰ 8.60 ਕਰ ਦੇ ਉਹ ਦੇ ਦੇ ਯਾਰ ਗੱਡੀ ਪੈਸੇ ਠੀਕ ਸਾਡੇ ਦਾ ਬਿਲਕੁਲ ਜਾਇਜ਼ ਦਾ ਮਸਲਾ 8.5 ਵਜੇ ਮਿਲਦੇ ਨੇ ਤਾਂ ਕਾਰ ਨਹੀਂ ਗੱਡੀ ਰੱਖਣਾ ਕਿ ਗੱਡੀ ਚ ਕੋਈ ਮਸਲਾ ਨਹੀਂ ਹੈ ਹੁਣ ਤਾਂ ਗੱਡੀ ਤੋਲ ਚ ਮੈਂ ਲਾਏ ਸਨ ਉਹ ਖਾਕਸੀ ਲੈਣ ਵਾਲਾ ਸੀ ਜਿੰਨੇ 8.20 ਕੋਲ ਲਾ ਦਿੱਤਾ ਉਹ ਕੋਈ ਕਿ ਲੱਗਦੇ ਰਹੇ ਹੁਣ ਕੋਈ ਹੈ ਜੀ 8 ਲੱਖ ਤੋਂ ਉੱਤੇ ਦਾ ਟਰਾਈ ਮਾਰ ਲੈਂਦੇ ਆ ਹੈ ਕੋਈ 8 ਲੱਖ ਤੋਂ ਉੱਤੇ ਦਾ ਜੀ 8 ਲੱਖ ਰੁਪਿਆ 8 ਲੱਖ ਰੁਪਿਆ 8 ਲੱਖ ਰੁਪਿਆ ਹੈ ਕੋਈ 8 ਤੋਂ ਉੱਤੇ ਦਾ ਜੀ 8 ਲੱਖ ਰੁਪਿਆ 8 ਲੱਖ ਰੁਪਿਆ 8 ਲੱਖ ਰੁਪਿਆ ਹੈ ਕੋਈ 8 ਲੱਖ ਦੇ ਉੱਪਰ ਦਾ ਨੋਟ ਵਿਖਾਓ ਇੱਕਾ ਨੋਟ ਨਾ ਵਿਖਾਓ ਪਿੱਛੇ ਜਾ ਕੇ ਨਹੀਂ ਨਾ ਮੈਂ ਵਿਊ ਲੈਣਾ ਗੱਡੀ ਦੀ ਅਰਸ਼ਾ ਤਸੱਲੀ ਕਰਕੇ ਤਾਂ ਤੁਹਾਡੇ ਹੈਂਡਓਵਰ ਕਰਾਂਗੇ ਐਵੇਂ ਕਾਹਲੀ ਦੇ ਕੰਮ ਨਹੀਂ ਅਸੀਂ ਕਰਦੇ ਦਿਓ ਭਾਜੀ ਦਿਓ ਭਾਜੀ ਯਾਰ ਉਸ ਟਾਈਮ ਵੀ ਇਹੀ ਬਹਿਸ ਤੁਸੀਂ ਕੀਤੀ ਹੈ ਹਾਲਾਂਕਿ ਗੱਲ ਕੋਈ ਨਹੀਂ ਸੀ ਤੁਹਾਨੂੰ ਮੈਂ ਵੀ ਆਖਿਆ ਸੀ ਮੈਂ ਤੁਹਾਨੂੰ 15 ਦਿਨ ਦੇ ਦਾਂਗਾ ਬਾਇਓਮੈਟ੍ਰਿਕ ਮਹੀਨਾ ਦੇ ਦਾਂਗਾ ਤੁਸੀਂ ਆਪਣੀ ਮਰਜ਼ੀ ਨਾਲ ਲੈ ਲੇਕਿਨ ਮੈਂ ਤੁਹਾਡੇ ਨਾਲ ਕੋਪਰੇਟ ਕੀਤਾ ਤੁਸੀਂ ਆਉਂਦੇ ਨਾ ਮੈਨੂੰ ਦੱਸਿਆ ਦਿਓ ਗੱਡੀ 20000 ਰੁਪਏ ਦੇ ਕੇ ਮੇਰੇ ਕੋਲ ਬਾਇਓਮੈਟ੍ਰਿਕ ਲਈ ਉਹ ਭਾਜੀ ਮੈਨੂੰ ਦੱਸਣਾ ਸੀ ਮੈਂ ਲੈ ਦਿੰਦਾ ਤੁਹਾਨੂੰ ਬਾਇਓਮੈਟ੍ਰਿਕ ਇਹ ਹੋ ਜੇ ਤਾਂ ਵੀ ਇਲਾਜ ਸਾਡੇ ਕੋਲ ਆਇਆ ਦਿਓ ਚਲੋ ਪੜੋ ਬਿੱਲਾ ਕਰੋ ਦਿਓ ਭਾਜੀ ਦੇ ਦੇ ਯਾਰ ਪੈਸੇ ਠੀਕ ਹੈ ਮੁਨਾਸਬ ਦੇ ਦਿਓ ਪਹਿਲਾਂ ਦੇ ਦਿਓ
ਦਿਓ ਬਿਆਨਾ ਭਾਜੀ ਕੋਈ 5000 ਦੀ ਗੱਲ ਦੇ ਦਿਓ ਬਿਸਮਿਲ੍ਲਾ ਕਰੋ ਉਹ ਫੜ ਲੈ ਯਾਰ ਬੋਲ ਵੀ ਕਿੰਨੇ ਬੰਦੇ ਤੇਰੀ ਮਿਹਨਤ ਕਰਨ ਵਾਲੇ ਨੇ ਉਹ ਬਸ ਕਰਦੇ ਯਾਰ 840 ਗੱਲ ਭਾਜੀ ਤੁਸੀਂ ਅੱਖ ਦਾ ਇਸ਼ਾਰਾ ਕਰਨਾ ਤੇ ਉਹਨੇ ਫੜਨਾ ਹੈ ਜਿਹਨੇ ਪਿਛਲੇ ਜੁਮੇ ਲਵਾਏ ਉਹਨੇ ਦੇ ਦੋ ਮੈਨੂੰ ਪਹਿਲੇ ਪਤਾ ਤੁਸੀਂ ਇੰਜੀ ਆਪਣਾ ਲੇਕਿਨ ਹੋਣਾ ਨਹੀਂ ਹੁਣ ਮੈਂ ਸਾਡਾ ਰਿਕਾਰਡ ਹੀ ਨਹੀਂ ਉਹਦੀ ਗੱਲ ਨਹੀਂ ਇਹ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ ਦੁਬਾਰਾ ਉਹ ਪੈਸੇ ਲੱਗਣ ਦੁਬਾਰਾ ਨਹੀਂ ਲੱਗਦੇ ਨਹੀਂ ਦੇ ਯਾਰ ਹੋਰ ਵੀ ਇੰਜ ਨਾ ਕਰ ਯਾਰ ਮੈਂ ਤੁਹਾਨੂੰ ਦੱਸਦੇ ਕਿੰਨੇ ਚ ਪਿਛਲੀ ਵਾਰੀ ਨਹੀਂ ਦਿੱਤੀ ਤੁਹਾਨੂੰ ਉਸ ਟਾਈਮ ਤੇ ਬਾਇਓਮੈਟ੍ਰਿਕ ਦਾ ਵੀ ਰੋਲਾ ਦੇ ਦੇ ਯਾਰ ਮੈਂ 5000 ਰੁਪਏ ਗੱਡੀ ਵੇਚਣੀ ਹੈ ਨਾ ਗੱਡੀ ਵੇਚਣਾ ਸੀ ਆਪਾਂ 5000 ਰੁਪਏ ਦੇ ਕੇ ਬਾਇਓਮੈਟ੍ਰਿਕ ਲਈਏ ਫਿਰ 8 ਵੀ ਠੀਕ ਹੈ ਉਹ ਸ਼ੁਕਰ ਕਰ 5 ਤੇਰਾ ਸਰ ਗਿਆ ਇੱਕ 50 ਸਰਨਾ ਸੀ ਤੇਰਾ ਦੇਓ ਗੱਡੀ ਬਾਦ ਗੱਡੀ ਰੱਖਣ ਵਾਲੀ ਸੋਹਣੀ ਬਿਆਨਾ ਦੀ ਮੈਂ ਸਿਰਫ ਤੁਹਾਡੀ ਇੱਜ਼ਤ ਕਰ ਰਿਹਾ ਕਿ ਤੁਹਾਨੂੰ ਵੇਖ ਲੈ ਫਿਰ ਤੁਹਾਨੂੰ ਮੇਰਾ ਇਹ ਵੀ ਪਤਾ ਕਿ ਮੈਂ ਅੱਗੇ ਨਿਕਲ ਮੈਂ ਯਕੀਨ ਕਰੋਗੇ ਅਦਰ ਸੋਹਣੇ ਭਾਜੀ ਰਿਕੁਐਸਟ ਕੁਝ ਨਹੀਂ ਲੱਖ ਰੁਪਏ ਜੀ ਐਲ ਆਈ ਗੱਡੀ ਹੈ ਬੰਦਾ ਦੇ ਕੇ ਗਿਆ ਗੱਡੀ ਇਹ ਪਿਛਲਾ ਸੌਦਾ ਜਿਹੜਾ ਹੋਇਆ ਚੌਂਤੀ ਲੱਖ ਰੁਪਇਆ 15 ਮਾਡਲ ਐਕਸਲ ਆਈ ਜੀ ਐਲ ਆਈ ਐਕਸਲ ਆਈ ਪੈਸੇ ਜ਼ਿਆਦਾ ਮੰਗਦੇ ਜਿੰਨੇ ਦੀ ਦੇਣੀ ਆ ਸਾਰ ਉਹ ਗੱਲ ਦਾ ਜੀ ਮਹਿਸੂਸ ਨਹੀਂ ਕਰਨਾ ਐਕਸਲ ਆਈ ਪੈਸੇ ਜਾਇਜ਼ ਕਰੋ ਇਹਦੇ ਮੈਂ ਜਾਇਜ਼
₹25 lakh ਠੀਕ ਹੋ ਡਿਮਾਂਡ ਕਿੰਨੀ ਕਰ ਰਹੇ ਬਾਈ 28 lakh 10 hazar ਆਓ ਜੀ ਜੀ ਐਲ ਆਈ ਵੇਖ ਲਓ ਐਕਸ ਲਾਈ ਦੇ ਉੱਤੇ ਜੀ ਐਲ ਆਈ ਸੱਟੋ ਚੌਧਰੀ ਮੋਮਨ ਆਦਮੀ ਹੋ ਰਿਹਾ ਤੂੰ ਹੈਲੋ ਭਾਈਜਾਨ ਭਾਈਜਾਨ ਜਰਾ ਇੱਧਰ ਸਾਹਮਣੇ ਤੁਹਾਡੇ ਨਾਲ ਆ ਬਾਈ ਪਿੱਛੇ ਆਈ ਜਰਾ ਲਾਹੌਰ ਦਾ ਨੰਬਰ 42-33 ਗੱਡੀ ਤਾਂ ਪਛਾਣੋ ਗੱਡੀ ਨਹੀਂ ਦਿੱਤੀ 31 lakh ਦੀ ਕਾਰ ਦਿੰਦਾ ਨਹੀਂ 31 lakh ਦੀ ਕਾਰ ਦਿੰਦਾ ਦੱਸ ਹੁਣ ਦੇ 31 lakh ਦੀ ਨਹੀਂ ਸ਼ਾਹ ਜੀ ਹੁਣ ਤੁਹਾਨੂੰ ਪਤਾ ਨਹੀਂ ਆ ਫਿਰ ਮਹਿੰਗੀ ਲਈ ਡਾਕੂਮੈਂਟ ਕਲੀਅਰ ਜੀ 6 ਮਾਡਲ ਦੀ ਐਕਸਲ ਆਈ ਜੀ
15 ਲੱਖ ਰੁਪਏ ਡਿਮਾਂਡ ਹੈ ਜੀ 6 ਮਾਡਲ ਦੀ ਐਕਸਲ ਆਈ ਤੇਰੀ ਹੈ 6 ਮਾਡਲ ਦੀ ਐਕਸਲ ਆਈ 15 ਲੱਖ ਰੁਪਿਆ ਆਫਰ ਲਾਓ ਗੱਡੀ ਨੂੰ ਆਫਰ ਲਾਓ ਗੱਡੀ ਨੂੰ 10 ਲੱਖ ਰੁਪਿਆ 10 ਲੱਖ ਰੁਪਿਆ 6 ਮਾਡਲ ਦੀ ਐਕਸਲ ਆਈ 10 ਲੱਖ ਰੁਪਿਆ ਜੀ 10 ਲੱਖ ਰੁਪਿਆ 10 ਲੱਖ ਰੁਪਿਆ 10 ਲੱਖ ਰੁਪਿਆ ਜੀ 6 ਮਾਡਲ ਦੀ ਐਕਸਲ ਆਈ 10 ਲੱਖ ਰੁਪਿਆ 10 ਲੱਖ ਰੁਪਿਆ 10.5 ਲੱਖ ਰੁਪਿਆ ਜੀ 10.5 ਲੱਖ ਰੁਪਿਆ 60,000 ਰੁਪਿਆ ਜੀ 70,000 ਰੁਪਿਆ ਜੀ 80,000 ਰੁਪਿਆ ਜੀ 10,80,000 ਰੁਪਿਆ ਗੱਡੀ ਤੇ ਖੋਲ ਛੱਡ ਗੱਡੀ ਖੁਲਵਾ ਯਾਰ ਬੰਦੇ ਵੇਖ ਰਹੇ ਨੇ 14 ਲੱਖ ਦੀ ਕਹਿੰਦਾ ਜੀ ਕਾਰ ਦੇ ਦਾਂਗਾ 14 ਲੱਖ ਰੁਪਿਆ ਤੇ 10,80,000 ਰੁਪਿਆ 11 ਲੱਖ ਰੁਪਿਆ 11 ਲੱਖ ਰੁਪਿਆ ਜੀ 11 ਲੱਖ ਰੁਪਿਆ 6 ਮਾਡਲ ਦੀ ਐਕਸਲ ਲਈ ਡਾਕੂਮੈਂਟ ਕਲੀਅਰ ਖਾਲੀ ਗੱਡੀ ਦੇ ਨਾਲ ਐਸੀ ਚਾਲੂ 11 ਲੱਖ ਰੁਪਿਆ ਜੀ ਮਜ਼ਰ ਭਾਈ ਦੇਣੀ ਕਿੰਨੇ ਦੀ ਏ ਦੇਣੀ ਕਿੰਨੇ ਦੀ ਏ ਸਾਢੇ 11 ਦੀ ਕਾਰ ਦੇਣੀ ਬਾਰਾਂ ਲੱਖ ਰੁਪਿਆ 6 ਮਾਡਲ ਦੀ ਐਕਸਲ ਆਈ ਡਾਕੂਮੈਂਟ ਕਲੀਅਰ ਏਸੀ ਚਾਲੂ 12 ਲੱਖ ਰੁਪਿਆ ਤੇ 13.5 ਲੱਖ ਰੁਪਿਆ ਲੱਖ ਤੋਂ ਉੱਪਰ ਜੀ 12 ਲੱਖ ਰੁਪਿਆ 10,000 ਰੁਪਿਆ ਇੱਕ ਹੀ ਗੱਲ ਕਰਦੇ ਜਿੱਥੇ ਗੱਡੀ ਆ ਸਾਨੂੰ ਦੇਣੀ ਬਿਲਕੁਲ ਫਾਈਨਲ ਜੀ ਗੱਲ 13 ਕਹਿੰਦੇ ਜੀ 13 ਲੱਖ ਦੀ ਕਾਰ ਦੇ ਦੱਸ 13 ਲੱਖ ਰੁਪਏ ਦੀ ਕਾਰ ਦੇ ਦਾਂਗਾ 12,10,000 ਰੁਪਿਆ 6 ਮਾਡਲ ਦੀ ਐਕਸਲ ਆਈ 12,10,000 ਰੁਪਿਆ ਨਹੀਂ ਲੱਗਦੀ ਨੇ ਦੀ 12,10,000 ਰੁਪਿਆ 12,10,000 ਰੁਪਿਆ ਹੈ ਕੋਈ 12,10 ਉੱਤੇ ਦਾ ਜੀ 12,10,000 ਰੁਪਿਆ 12,10,000 ਰੁਪਿਆ 12,15,000 ਇਹ ਤਾਂ ਬੋਨਰ ਥੱਲੇ ਸੁੱਟੋ 12,15,000 ਰੁਪਿਆ ਕਹਿੰਦਾ ਜੀ 13 ਦੀ ਗੱਡੀ ਫਾਈਨਲ ਦਵਾਂਗਾ 12,25,000 ਰੁਪਿਆ 12,25,000 ਰੁਪਿਆ 12,25,000 ਰੁਪਿਆ ਨਹੀਂ 12,25,000 ਰੁਪਿਆ ਇੱਕ ਜੀ 12,25,000 ਰੁਪਿਆ ਦੋ ਜੀ ਸੋਚ ਲੋ 12,25,000 ਰੁਪਏ ਇੱਕ ਜੀ ਦੋ ਜੀ ਤਿੰਨ ਜੀ ਇਹ ਗੱਡੀ ਕਿਹਦੀ
ਨਾਲ ਖਲੋਤੀ ਹੈ, ਬਲੀਨੋ ਖੋਲੋ ਗੱਡੀ, ਬਲੀਨੋ ਗੱਡੀ ਖੋਲੋ ਨਾਲ। ਅਠਾਨਵੇਂ ਮਾਡਲ ਹੈ। ਕੀ ਵੀਡੀਓ ਬਣ ਰਹੀ ਹੈ ਸਰਕਾਰ ਤੁਹਾਡੀ? ਇਹ ਰੋਕੀ ਹੈ ਕਿਹਨਾਂ ਦੇ ਚੱਡਿਆਂ ਦੀ, ਕਿਹਨਾਂ ਦੀਆਂ ਲੱਤਾਂ ਦੀ? ਇਹ ਹੋਈ ਹੈ ਯਾਰ ਰਾਣਾ, 50 ਵਾਰ ਤੂੰ ਗੱਡੀ ਤੱਕੀ ਹੈ। ਬਾਈ ਮਜ਼ਰ, ਇਹ ਤੁਸੀਂ ਮੇਰੇ ਮੋਬਾਈਲ ਦੀ ਨਾ ਵੀਡੀਓ ਬਣਾਓ, ਮੈਂ 3 ਮਿੰਟ 'ਚ ਆ ਰਿਹਾ ਨਾਲ ਦੁਕਾਨ 'ਤੇ, ਤੁਸੀਂ ਸੈੱਲ ਫੜਨੇ ਨੇ ਇਸ 'ਤੇ, ਉਹਨੂੰ ਭਾਵੇਂ ਜੇਬ ਵਿੱਚ ਪਾ ਦਿੰਦਾ। ਇੰਜਣ ਸਿੰਜਣ ਦਿਖਾਓ, ਮੈਂ ਆ ਅੰਦਰ ਜਾ ਕੇ ਲਿਖਾਓ ਨਾ। ਬੰਦਾ ਕਿੱਧਰ ਹੈ? ਖਰੀਦਦਾਰ ਕੌਣ ਹੈ? ਅੰਦਰ ਜਾਓ, ਅੰਦਰ ਬੰਦੇ ਮੌਜੂਦ ਨਹੀਂ? ਮੌਜੂਦ ਨੇ, ਮੌਜੂਦ ਨੇ। ਗੱਡੀ ਕਿੱਥੇ ਹੈ? ਮਾਲਕ ਕੌਣ ਹੈ ਉਸ ਗੱਡੀ ਦਾ? ਮਾਲਕ ਕੌਣ ਹੈ ਉਸ ਗੱਡੀ ਦਾ? ਬਲੀਨੋ ਦਾ ਮਾਲਕ ਕੌਣ ਹੈ? ਬਲੀਨੋ ਦਾ ਮਾਲਕ ਕੌਣ ਹੈ? ਬਲੀਨੋ ਦਾ ਮਾਲਕ ਕੌਣ ਹੈ? ਬੰਦ ਕਰ ਦੇ। ਗੱਡੀ ਕਿੱਥੇ ਹੈ? ਸਤਾਨਵੇਂ ਮਾਡਲ ਦੀ ਐਫ ਸੀ ਕਰੋਲਾ, ਬਹੁਤ ਸੋਹਣੀ ਕਾਰ, ਡਾਕੂਮੈਂਟ ਕਲੀਅਰ, ਫਾਈਲ ਕਰੀਏ ਗੱਡੀ, ਇਹਨਾਂ ਦੇ ਨਾਮ 10.5 ਲੱਖ ਰੁਪਿਆ ਆਫਰ ਲਾਓ ਗੱਡੀ ਨੂੰ। ₹7,60,000 ₹7,60,000 ਜੀ
65 ਹਜ਼ਾਰ ਰੁਪਿਆ 70 ਜੀ 70 ਹਜ਼ਾਰ ਰੁਪਿਆ ਜੀ 75 ਹਜ਼ਾਰ ਰੁਪਿਆ ਕਾਰ ਤੇ ਚੱਕੀ ਹੈ 7,75 ਹਜ਼ਾਰ ਰੁਪਿਆ ਬੋਲੋ ਕਿੰਨੇ ਦੀ ਕਹਿੰਦੇ ਜੀ 9.5 ਲੱਖ ਦੀ ਗੱਡੀ ਦੇ ਦਾਂਗਾ 9.5 ਲੱਖ ਦੀ ਗੱਡੀ ਦੇ ਦਾਂਗਾ 7,75 ਹਜ਼ਾਰ ਰੁਪਿਆ ਹੈ ਕੋਈ 7,75 ਦਾ ਉੱਤੇ ਦਾ ਜੀ 7,80 ਹਜ਼ਾਰ ਰੁਪਿਆ ਜੀ 7,80 ਹਜ਼ਾਰ ਰੁਪਿਆ 7,80 ਹਜ਼ਾਰ ਰੁਪਿਆ 7,80 ਹਜ਼ਾਰ ਰੁਪਿਆ ਜੀ 7,80 ਹਜ਼ਾਰ ਰੁਪਿਆ 7,80 ਹਜ਼ਾਰ ਰੁਪਿਆ ਏ ਸੀ ਚਾਲੂ ਡਾਕੂਮੈਂਟ ਕਲੀਅਰ ਫਾਈਲ ਗੱਡੀ ਦੀ ਕਲੀਅਰ ਜੈਨੂਅਨ ਪੈਟਰੋਲ ਗੱਡੀ ਕੋਈ 1 ਰੁਪਏ ਦਾ ਕੰਮ ਨਹੀਂ ਗੱਡੀ ਚੋਣ ਵਾਲਾ 7,80 ਹਜ਼ਾਰ ਰੁਪਿਆ 85 ਹਜ਼ਾਰ ਰੁਪਿਆ ਜੀ 85 ਹਜ਼ਾਰ ਰੁਪਿਆ ਸਾਫ਼ ਸੁਥਰੀ ਗੱਡੀ ਜਨਾਦੇ ਆਪਣੇ ਨਾਮ ਫਾਈਲ ਗੱਡੀ ਦੇ ਨਾਲ 7,85 ਹਜ਼ਾਰ ਰੁਪਿਆ ਤੇ 9.5 ਲੱਖ ਰੁਪਿਆ 7,85 ਹਜ਼ਾਰ ਰੁਪਿਆ ਤੇ 9.5 ਲੱਖ ਰੁਪਿਆ ਹੈ ਕੋਈ 7,85 ਤੋਂ ਉੱਤੇ ਦਾ ਜੀ ਐਕਸੀ ਕਰੋਲਾ ਹੈ 7,85 ਹਜ਼ਾਰ ਰੁਪਿਆ 7,85 ਹਜ਼ਾਰ ਰੁਪਿਆ ਹਾਂਜੀ ਦੱਸੋ ਬਸ ਠੀਕ ਅੱਠ ਲੱਖ ਰੁਪਿਆ ਨਹੀਂ ਜੀ ਹੈ ਕੋਈ 8 ਲੱਖ ਤੋਂ ਉੱਤੇ ਦਾ ਜੀ 8 ਲੱਖ ਰੁਪਿਆ 1 ਜੀ 8 ਲੱਖ ਰੁਪਿਆ 2 ਜੀ 8 ਲੱਖ ਰੁਪਿਆ 3 ਜੀ ਸਾਹਿਬ ਸਿੱਧਾ ਕਰੋ।